ਸਤਿ ਸ਼੍ਰੀ ਅਕਾਲ ਮੈਂ ਰਿਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਮੰਡੇ ਹਾਪਰ 6 to 7 ਇਮੀਗ੍ਰੇਸ਼ਨ ਲਾਅ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਸਪੈਸ਼ਲਿਸਟ ਇਕਬਾਲ ਦੀਪ ਸਿੰਘ ਇਮੀਗ੍ਰੇਸ਼ਨ ਲਾਅ ਦੇ ਸਪੈਸ਼ਲਿਸਟ ਹੈਗੇ ਸਲਿਸਟਰ ਮੈਂ ਟਾਈਮ ਨਾਲ ਕਿਉਂਕਿ ਕਾਫੀ ਸਵਾਲ ਜਵਾਬ ਹੈਗੇ ਅੱਜ ਕਾਫੀ ਲੋਕ ਦੇਖਣੇ ਸ਼ੁਰੂ ਕੀਤਾ ਉਹਨਾਂ ਨੇ ਔਰ ਕਾਫੀ ਜੋ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਲੋਕਾਂ ਨੂੰ ਬੜੀ ਹੈਲਪਫੁਲ ਲੱਗੀ ਅਤੇ ਮੈਂ ਟਾਈਮ ਨਾ ਜ਼ਾਇਆ ਕਰਦਾ ਹੋਇਆ ਮੈਂ ਸਿੱਧਾ ਆਪਣੀ ਸਲਿਸਟਰ ਇਕਬਾਲ ਦੀਪ ਜੀ ਨੂੰ ਸਵਾਗਤ ਕਰਦੇ ਹਾਂ ਹੈਲੋ ਭਾਜੀ ਵਾਜੀ ਕਾ ਖਾਲਸਾ ਵਾਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਵਾਜੀ ਕਾ ਖਾਲਸਾ ਵਾਜੀ ਕੀ ਫਤਿਹ ਜੀ ਭਾਜੀ ਥੈਂਕ ਯੂ ਵੈਰੀ ਮੱਚ ਦ ਸ਼ੋਅ ਇਜ਼ ਬਿਕਮਿੰਗ ਵੈਰੀ ਪਾਪੂਲਰ ਲੋਕ ਬੜੇ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਕਾਫੀ ਇਨਫੋਰਮੇਟਿਵ ਤੁਸੀਂ ਜਵਾਬ ਸਵਾਲ ਕਰਦੇ ਹੈ ਤੇ ਲੋਕਾਂ ਨੂੰ ਕਾਫੀ ਫਾਇਦਾ ਮਹਿਸੂਸ ਹੋ ਰਿਹਾ ਦੇ ਵਿੱਚ ਥੈਂਕ ਯੂ ਸੋ ਮੱਚ ਜਿੰਨਾ ਵੀ ਅਸੀਂ ਕਰ ਸਕੀ ਇਨਫੋਰਮੇਸ਼ਨ ਦੇ ਸਕੀ ਲੋਕਾਂ ਨੂੰ ਤੇ ਚੰਗੀ ਗੱਲ ਆ ਸਾਡੇ ਲਈ ਚਲੋ ਆਪਾਂ ਜਾਰੀ ਰੱਖੀਏ ਫਿਰ ਆਪਾਂ ਦੇਰ ਨਾ ਕਰੀਏ ਭਾਜੀ ਜਿਹੜੀ ਹੈਗੀ ਹੈ ਸੈਲਫ ਇੰਪਲੋਇਮੈਂਟ ਇਨਕਮ ਸਪੋਰਟ ਦੀ ਸਕੀਮ ਤੇ ਉਹਦੇ ਤੇ ਕੁਛ ਜਿਹੜਾ ਐਲੀਜੀਬਲ ਬੰਦੇ ਹੈਗੇ ਉਹਨਾਂ ਨੇ ਅਪਲਾਈ ਕੀਤਾ ਪਰ ਉਹ ਸੀਗਾ ਬਿਟਵੀਨ 13 ਤਰੀਕ ਤੋਂ 18 ਮਈ ਜਿਹੜਾ ਕਿ ਅੱਜ ਲਾਸਟਲਾ ਦਿਨ ਸੀਗਾ ਤੇ ਹੁਣ ਉਹਦੇ ਬਾਰੇ ਕੀ ਹੋਏਗਾ ਉਹਦੇ ਬਾਰੇ ਥੋੜਾ ਐਕਸਪਲੇਨ ਕਰੋ ਵੈਨ ਦੇ ਕੈਨ ਅਪਲਾਈ ਕਰ ਸਕਦੇ ਕੀ ਹਿਸਾਬ ਉਹਦਾ ਤੇ ਉਹ ਜਿਹੜੀ ਉਹ ਹੈਗੀ ਹੈ ਸੈਲਫ ਇੰਪਲੋਇਮੈਂਟ ਜੋਬ ਰਿਟੈਨਸ਼ਨ ਸਕੀਮ ਜਿਹੜੀ ਹੈਗੀ ਉਹਨਾਂ ਵਾਸਤੇ ਹੈ ਜਿਹੜੇ ਕਿ ਬੰਦੇ ਇੱਥੇ ਸੈਲਫ ਇੰਪਲੋਇਡ ਬੇਸਿਸ ਉੱਤੇ ਕੰਮ ਕਰਦੇ ਸੀਗੇ ਪਰ ਬਿਕੋਜ਼ ਆਫ ਦਾ ਕੋਵਿਡ-19 ਸਿਚੁਏਸ਼ਨ ਉਹਨਾਂ ਦੀ ਜਿਹੜੀ ਇੰਪਲੋਇਮੈਂਟ ਜਿਹੜੀ ਹੈਗੀ ਆ ਉਹਨੂੰ ਇਫੈਕਟ ਹੋਇਆ ਤੇ ਉਹਨਾਂ ਦੀ ਇਨਕਮ ਜਿਹੜੀ ਹੈਗੀ ਉਹ ਬੰਦ ਹੋ ਗਈ ਇਹਦੇ ਵਿੱਚ ਉਹਨਾਂ ਨੇ ਗਵਰਨਮੈਂਟ ਨੇ ਪਾਲਿਸੀ ਇਹ ਕੱਢੀ ਸੀਗੀ ਵੀ ਜੇ ਤੁਹਾਡੇ ਹਾਲਾਤ ਕੋਵਿਡ-19 ਕਰਕੇ ਤੁਹਾਡੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਇਫੈਕਟ ਹੋਏ ਆ ਤੇ ਤੁਸੀਂ ਅੰਡਰ ਸੈਲਫ ਇੰਪਲੋਇਮੈਂਟ ਜਿਹੜੀ ਕੋਰੋਨਾ ਵਾਇਰਸ ਜੋਬ ਰਿਟੈਂਸ਼ਨ ਸਕੀਮ ਜਿਹੜੀ ਹੈਗੀ ਉਹਦੇ ਵਿੱਚ ਤੁਸੀਂ 80% ਤੁਸੀਂ ਗ੍ਰਾਂਟ ਅਪਲਾਈ ਕਰ ਸਕਦੇ ਹੋ ਉਹ ਕਿੱਦਾਂ ਕੈਲਕੂਲੇਟ ਕਰਦੇ ਸੀਗੇ ਵੀ ਜਿਹੜੇ ਤੁਹਾਡੇ ਪਿਛਲੇ 3 ਸਾਲ ਜਿਹੜੇ ਹੈਗੇ ਆ ਜਿਹਨੂੰ ਤੁਸੀਂ ਆਪਣਾ ਨੈਟ ਪ੍ਰੋਫਿਟ ਜਨਰੇਟ ਕੀਤਾ ਸੀਗਾ ਥਰੂ ਯੋਰ ਸੈਲਫ ਇੰਪਲੋਇਮੈਂਟ ਤੇ ਤੁਸੀਂ ਉਹਦੇ ਬੇਸਿਸ ਤੇ ਆਪਣੀ ਉਹਨਾਂ ਨੂੰ ਡੀਟੇਲਸ ਦੇਣੀਆਂ ਹੈਗੀਆਂ ਉਹਦੇ ਬੇਸਿਸ ਉੱਤੇ ਉਹਨਾਂ ਨੇ ਤੁਹਾਨੂੰ ਅਪਲਾਈ ਕਰਨਾ ਹੈਗਾ ਮੈਕਸਿਮਮ ਅਪ ਟੂ 2500 ਪਰ ਜਿਹੜੀ ਉਹਨਾਂ ਨੇ ਜਿਹੜੀ ਆ ਜਿਹੜਾ ਪੋਰਟਲ ਜਿਹੜਾ ਸੀਗਾ ਉਹਨਾਂ ਨੇ 13 ਮਈ ਨੂੰ ਸ਼ੁਰੂ ਕੀਤਾ ਸੀਗਾ 13 ਮਈ ਨੂੰ ਤੇ ਅੱਜ ਉਹਦੀ ਹੈਗੀ ਆ ਲਾਸਟ ਡੇਟ ਹੈਗੀ ਜਿਹੜੀ ਕਿ ਗਵਰਨਮੈਂਟ ਜਿਹੜੀ ਇਨਕਰੇਜ ਕਰਦੀ ਵੀ ਸਾਰਿਆਂ ਨੂੰ ਕਿ ਤੁਸੀਂ 18 ਤੋਂ ਪਹਿਲੇ ਅਪਲਾਈ ਕਰੋ ਔਰ ਜਿਹੜੀ ਕਿ ਅੱਜ 12 ਵਜੇ ਤੱਕ ਉਹਨਾਂ ਨੇ ਡੈਡਲਾਈਨ ਰੱਖੀ ਹੋਈ ਹੈਗੀ ਉਹਦੇ ਵਿੱਚ ਸਿਰਫ ਇੱਕ ਸਿੰਪਲ ਜਿਹਾ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉੱਥੇ ਸਟਾਰਟ ਕਰਕੇ ਪ੍ਰੋਸੈਸ ਬੜਾ ਸਿੰਪਲ ਪ੍ਰੋਸੈਸ ਹੈਗਾ ਤੁਸੀਂ ਆਪਣਾ ਨਾਮ ਡੇਟ ਆਫ ਬਰਥ ਆਪਣਾ ਜਿਹੜਾ ਤੁਹਾਡਾ UTR ਨੰਬਰ ਜਿਹੜਾ ਹੈਗਾ ਉਸ ਜਿਹੜਾ ਤੁਹਾਡਾ ਨੈਸ਼ਨਲ ਇੰਸ਼ੋਰੈਂਸ ਨੰਬਰ ਜਿਹੜਾ ਹੈਗਾ ਉਹ ਪਲੱਸ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਹੜਾ ਤੁਹਾਡਾ ਹੈਗਾ ਤੁਸੀਂ ਉਹ ਤੁਹਾਡੀ ਡੀਟੇਲ ਕ੍ਰੋਸ ਚੈੱਕ ਕਰਨ ਵਾਸਤੇ ਤੁਹਾਡੇ ਕੋਲ ਬੇਸਿਕ ਡੀਟੇਲ ਤੁਹਾਡੀ ਮੰਗਦੇ ਆ ਆਟੋਮੈਟਿਕਲੀ ਉਹ ਪੋਰਟਲ ਦੇ ਵਿੱਚ ਤੁਹਾਡੀ ਸਾਰੀ ਪਿਛਲੇ 3 ਸਾਲ ਦੀ ਤੁਹਾਡੀ ਹਿਸਟਰੀ ਆ ਜਾਣੀ ਹੈ ਕਿ ਤੁਸੀਂ ਕਿੰਨਾ ਟੈਕਸ ਰਿਟਰਨ ਭਰਿਆ ਹੈਗਾ ਤੁਸੀਂ ਕਿੰਨੀ ਨੈਸ਼ਨਲ ਇੰਸ਼ੋਰੈਂਸ ਕੰਟਰੀਬਿਊਸ਼ਨ ਤੁਹਾਡੀਆਂ ਕਿੰਨੀਆਂ ਹੈਗੀਆਂ ਉਹਦੇ ਬੇਸਿਸ ਉੱਤੇ ਤੁਹਾਨੂੰ ਉਹਨਾਂ ਨੇ ਆਟੋਮੈਟਿਕਲੀ ਗ੍ਰਾਂਟ ਤੁਹਾਡੀ ਅਪਰੂਵ ਕਰ ਦੇਣੀ ਉਹਦੇ ਆਨਲਾਈਨ ਹੀ ਤੁਸੀਂ ਉਹਨਾਂ ਨੇ ਰੱਖਿਆ ਹੋਇਆ ਹੈਗਾ ਵੀ ਤੁਸੀਂ ਅਕਾਊਂਟ ਨੰਬਰ ਵੀ ਦੇ ਸਕਦੇ ਆ ਆਪਣਾ ਥੌਟ ਕੋਡ ਵੀ ਦੇ ਸਕਦੇ ਜਿਹਦੇ ਵਿੱਚ ਉਹਨਾਂ ਨੇ ਗ੍ਰਾਂਟ ਡੇਟ ਪਾਸੋ ਕਰਨੀ ਹੈ ਤੇ ਉਸ ਵਿਦਿਨ 6 ਵਰਕਿੰਗ ਡੇਜ਼ ਉਹਨਾਂ ਨੇ ਕਰਨੀ ਪਰ ਉਹਦੀ ਇਹ ਹੈ ਵੀ ਉਹਨਾਂ ਨੇ 18 ਮਈ ਤੱਕ ਸਭ ਨੂੰ ਕਿਹਾ ਸੀਗਾ ਵੀ ਤੁਸੀਂ ਅਪਲਾਈ ਕਰੋ ਤੇ ਜਿਹੜੇ ਬੰਦੇ ਸੈਲਫ ਇੰਪਲੋਇਡ ਬੇਸਿਸ ਉੱਤੇ ਕੰਮ ਕਰਦੇ ਪਏ ਜਿਹੜੇ ਨਹੀਂ ਕਰ ਸਕੇ ਤੇ ਹਾਲੇ ਵੀ ਉਹ 12 ਵਜੇ ਤੋਂ ਪਹਿਲੇ ਅਪਲਾਈ ਕਰ ਸਕਦੇ ਹੈਗੇ ਆਨਲਾਈਨ ਜਾ ਕੇ ਇਹਦਾ ਪੈਨਿਕ ਨਹੀਂ ਹੋਣ ਦੀ ਲੋੜ ਜੇ 18 ਮਈ ਜੇ ਲੰਘ ਵੀ ਜਾਂਦੀ ਤੇ ਇਹ ਨਹੀਂ ਹੈਗਾ ਵੀ ਗਵਰਨਮੈਂਟ ਨੇ ਕਿਹਾ ਵੀ ਅਸੀਂ ਤੁਹਾਨੂੰ ਦੁਬਾਰਾ ਵੀ ਤੁਹਾਨੂੰ ਅਸੀਂ ਲਵਾਂਗੇ ਪਰ ਉਹ ਇਹ ਹੋ ਸਕਦਾ ਥੋੜਾ ਜਿਹਾ ਡਿਲੇ ਹੋ ਸਕਦਾ ਉਹਦੇ ਵਿੱਚ ਤੇ ਥੋੜਾ ਡਿਲੇ ਹੋ ਸਕਦਾ ਇੰਨਾ ਉਹਦੇ ਵਿੱਚ ਹੋਊਗਾ ਪਰ ਜੇ ਤੁਸੀਂ ਅੱਜ ਕਰ ਸਕਦੇ 12 ਵਜੇ ਤੋਂ ਪਹਿਲੇ ਜਿਹੜੇ ਨੇ ਨਹੀਂ ਕੀਤਾ ਆਪਣੀ ਜਿਹੜੀ ਸੈਲਫ ਇੰਪਲੋਇਮੈਂਟ ਦੀ ਜਿਹੜੀ ਗ੍ਰਾਂਟ ਹੈਗੀ ਉਹ ਆਨਲਾਈਨ ਜਾ ਕੇ ਅਪਲਾਈ ਕਰਨ ਬੜਾ ਈਜ਼ੀ ਕੰਮ ਹੈਗਾ ਇੰਨਾ ਔਖਾ ਕੰਮ ਨਹੀਂ ਹੈਗਾ ਤੁਸੀਂ ਸਿਰਫ ਆਨਲਾਈਨ ਜਾਓ ਸਟਾਰਟ ਯੋਰ ਪ੍ਰੋਸੈਸ ਆਪਣੀ ਡੀਟੇਲਸ ਦਿਓ ਤੇ ਤੁਸੀਂ ਅਪਲਾਈ ਕਰੋ ਤੇ ਤੁਹਾਨੂੰ ਉਹਨਾਂ ਨੇ ਉੱਥੇ ਵੱਲ ਤੁਹਾਡੇ ਰੈਫਰੈਂਸ ਨੰਬਰ ਦੇ ਕੇ ਤੁਹਾਡੀ ਗ੍ਰਾਂਟ ਐਕਸੈਪਟ ਕਰ ਲੈਣੀ ਹੈਗੀ ਬਸ ਇਜ਼ ਬੇਸਡ ਔਨ 3 ਈਅਰਸ ਤੁਹਾਡੀ ਹਿਸਟਰੀ ਜਿਹੜੀ ਹੈਗੀ ਪਿੱਛੇ ਇਕਬਾਲ ਜੀ ਮੇਰੇ ਦਿਮਾਗ 'ਚ ਗੱਲ ਆਉਂਦੀ ਹੈ ਇਹ ਹੁਣ ਜਿਹੜੀ ਇਨਫੋਰਮੇਸ਼ਨ 13 ਤੋਂ ਲੈ ਕੇ 18 ਮਈ ਤੱਕ ਅੱਜ ਲਾਸਟ ਤੇ ਹੈਗਾ 12 ਤੋਂ ਪਹਿਲਾਂ ਕਰਨਾ ਬੜੇ ਘੱਟ ਲੋਕਾਂ ਨੂੰ ਮੈਸੇਜ ਪਹੁੰਚੇਗਾ ਹਰ ਬੰਦਾ ਨਹੀਂ ਦੇਖਦਾ ਇਸੇ ਕਰਕੇ ਹਮੇਸ਼ਾ ਕਹਿੰਦਾ ਕਾਲ ਚੱਲ ਨਾਲ ਦੇਖੋ ਸਪੈਸ਼ਲੀ ਜੋ ਇੱਦਾਂ ਦੇ ਪ੍ਰੋਗਰਾਮ ਹੁੰਦੇ ਜੋ ਅਸੀਂ ਬੜੀ ਇਨਫੋਰਮੇਟਿਵ ਐਜੂਕੇਸ਼ਨਲ ਚੀਜ਼ਾਂ ਲੈ ਕੇ ਆਉਂਦੇ ਹਾਂ ਇਹ ਬੜੀ ਇੰਪੋਰਟੈਂਟ ਮੈਸੇਜ ਅੱਜ ਇਕਬਾਲਦੀਪ ਨੇ ਦੱਸਿਆ ਅਤੇ ਆਪਣੀ ਮੁਸੀਬਤ ਤੋਂ ਆਪਣਾ ਡਿਲੇ ਤੋਂ ਬਚਣ ਨਾਲੋਂ ਅੱਜ 12 ਤੋਂ ਪਹਿਲਾਂ ਉਹਨਾਂ ਨੂੰ ਐਪਲੀਕੇਸ਼ਨ ਪਾਉਣੀ ਚਾਹੀਦੀ ਹੈ ਠੀਕ ਹੈ ਹਾਂਜੀ ਹਾਂਜੀ ਜੇ ਉਹਨਾਂ ਨੇ ਕਿਹਾ ਹੋਇਆ 13 ਤੋਂ 18 ਉਹਨਾਂ ਨੇ ਕਾਫੀ ਬੰਦਿਆਂ ਨੂੰ ਲੋਕਾਂ ਨੂੰ ਈਮੇਲਸ ਵੀ ਗਈਆਂ ਹੈਗੀਆਂ ਟੈਕਸਟ ਮੈਸੇਜਸ ਵੀ ਗਏ ਆ ਇਹ ਨਹੀਂ ਹੈਗਾ ਵੀ ਜੇ ਅੱਜ ਨਹੀਂ ਕਰ ਸਕੋਗੇ ਉਹ ਫਿਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਆਉਂਦੀ ਰਹੇਗੀ ਥੋੜਾ ਜਿਹਾ ਪ੍ਰੋਸੈਸ ਡਿਲੇ ਹੋ ਸਕਦਾ ਹੈ ਵੀ ਉਹਦੇ ਬਾਰੇ ਕੀ ਹੋ ਸਕਦਾ ਪਰ ਜੇ 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 ਕੋਈ ਸੁਣਦਾ ਪਿਆ ਤੇ ਅੱਜ 18 ਅੱਜ 12 ਵਜੇ ਤੋਂ ਪਹਿਲੇ ਜੇ ਕਰਨਗੇ ਤੇ ਚੰਗੀ ਗੱਲ ਹੈ ਉਹਨਾਂ ਦਾ ਫਾਸਟ ਟ੍ਰੈਕ ਦੇ ਵਿੱਚ ਵਿਦਿਨ 6 ਵਰਕਿੰਗ ਡੇਜ਼ ਤੁਹਾਨੂੰ ਤੁਹਾਡੀ ਗ੍ਰਾਂਟ ਮਿਲ ਜਾਣੀ ਹੈ ਇਕਬਾਲਦੀਪ ਜੀ ਜੇ ਮੈਂ ਖੋਟੂ ਸਵਾਲ ਪੁੱਛਾਂ ਕਿ ਦਫਾ ਬੰਦਾ ਪੈਨਿਕ ਕਰੇਗਾ ਹਰ ਬੰਦੇ ਪਾਸ ਸਿਸਟਮ ਨਹੀਂ ਹੁੰਦਾ ਲੈਪਟਾਪ ਵਗੈਰਾ ਘਰ ਦੇ ਵਿੱਚ ਉਹਨੂੰ ਅਪਲਾਈ ਕਰਨ ਨੂੰ ਹੁਣ ਇਸ ਟਾਈਮ ਦੇ ਉੱਪਰ ਬਾਹਰ ਕਦੋਂ ਜਾਏਗਾ ਆਲਮੋਸਟ 6:30 ਹੋ ਗਿਆ ਜੇ ਕੋਈ ਨਾ ਕੋਈ ਤੁਹਾਨੂੰ ਕੰਟੈਕਟ ਕਰੇ ਅੱਜ 12 ਤੋਂ ਪਹਿਲਾਂ ਉਹਨਾਂ ਦੀ ਤੁਸੀਂ ਮਦਦ ਕਰ ਸਕਦੇ ਹੋ
हाँ जी मैं कारण मैं एक्सप्लेन कर दूंगा, बड़ा सिंपल प्रोसेस है, किसी भी अकाउंटेंट की लोड़ नहीं है, किसी बंदे की लोड़ नहीं है, बहुत सिंपल प्रोसेस है, तुम ऑनलाइन जाओ उसे सिंपल फॉर्म है, उन्होंने बड़ा सिंपल क्राइटेरिया रखा हुआ है, तो कोई कॉम्प्लीकेशन नहीं हैगी, ईजली तुम कर सकते हैं। बस एक चीज जरूर होंगी है, जो कोई बंदा कार चलाता ना, कोई बड़ा एक्सपीरियंस है, वो यार तो बड़ी सिखली है, बड़ी सिखली है, वो जरा सीखता उन्होंने इन्ना कुछ देखना पैंता, वो कहता यार मैंने तो बड़ा टाइम लगेगा। ये जरा तुम कहने सिखला हर बंद नहीं होंगे, इस करके तुम बैठे, मैं चाहूँगा कोई रिंग करे तो उन्होंने मदद करो। मैं जरा नंबर दस देना 01215511001 से कॉल करो, अर्जेंटली कॉल करो, ताकि 12 तो पहला तुम अपनी एप्लीकेशन तुम पा सको, ताकि बाद भी पा सकते हो तो उसे डिले ना हो, कोई दिक्कत ना हो। तो कुछ और कहना चाहते हैं बारे कि मैंने एक क्वेश्चन पूछा जी। हाँ जी जी बात करना जी अच्छा विल बी ऑल भाजी हूँ सी यूरोपियन यूनियन का अपडेट की है गया लेटेस्ट यूरोपियन यूनियन की अपडेट जो सा यूरोपियन भरा है जी इतने की जी इमीग्रेशन जी है वो थोड़ा उन्होंने हार्ड एंड हार्ड डे बाय डे करी जा रहे हैं, और कुछ रिलैक्सेशन भी आ रही है, कोई हार्ड भी करते पे, इट्स मिक्स एंड मैच भी उन्होंने जो रीसेंटली जिहड़ियां एक गुड न्यूज एक जी पॉजिटिव न्यूज वो यह है बी जे यूरोपियन नैशनल जे है जे कि जे ब्रिटिश सिटीजन भी है या यूरोपियन नैशनल भी जे कि नॉर्दर्न आयरलैंड के रेंदे है जिन्हों को ड्यूल सिटीजनशिप हैगी आयरिश सिटीजनशिप भी हैगी है ब्रिटिश सिटीजनशिप भी हैगी है, पहले वो कहते थे कि तुम अपने ब्रिटिश रूल्स के अंदर तुम इतने अप्लाई करो अपना स्टेटस वास्ते, पर उन्होंने जी रीसेंट चेंजेस हूँ लैके आदि जो 4 जून तो जी है इन इफेक्ट होनी है 4 जून तो लागू होनी है, उन्होंने यह कहा भी जे तुम फैमिली मैंबर है नॉर्दर्न आयरलैंड किसी बंद बंदे रहे कोई भी बंदा उसे रह रहा है फैमिली मैंबर है, फॉर एग्जाम्पल अपना कोई पंजाबी भरा आया जी जी की पार्टनर नॉर्दर्न आयरलैंड रही उसको ब्रिटिश सिटीजनशिप भी हैगी उसको आयरिश सिटीजनशिप भी हैगी है, तो अपना जी ईयू सैटल स्कीम जी चलती पी और अंडर भी तुम अपलाई कर सकते हैं, तुम्हें जी यूके इमीग्रेशन लॉ के अंदर अपलाई करने के उन्होंने कोई नहीं है दूसरे रूट तो भी अपलाई कर सकते, इदा नहीं सगा पहले एक तो यह पॉजिटिव चेंज है, दूजी यूरोपियन दूजी एक होर उन्होंने चेंज लैके आती हैगी है भी जे साडे तुम फैमिली मैंबर ऑफ यूरोपियन नैशनल जे तुम है पर जो तेरे घर के डोमैसटिक इशूज होंगे पे है पहले ये जी कली जो एक्स पार्टनर जे उन्होंने लागू होती थी जो डोमैसटिक वायलेंस की जी कंडीशन जी है, पर उन्होंने हम काफी फैमिली मैंबर इंक्लूड कर दिते हैं जेद ड्यूरेबल पार्टनर्स भी आते हैं, फॉर एग्जाम्पल ता ब्याह नहीं होया हो पर तुम 2 साल तो 3 साल तो तुम इकट्ठे रेंदे पे हो ठीक है, इदा भी हो गए तेरे न्याणे हो गए ग्रैंड पेरेंट्स हो गए इदा की फैमिली मैंबर भी उन्होंने डेफिनेशन के इंक्लूड कर दिता है भी उन्होंने वाइड कर दिता उन्होंने, एक पॉजिटिव चेंज उन्होंने लैके आती है कि जेडे कि घर के डोमैसटिक वायलेंस हो रही है जिसे पार्ट जो यूरोपियन नैशनल जो है एज अ डोमैसटिक वायलेंस के अंडर जो अपलाई करना चाहते हैं कल नहीं है भी तुम वाइफ होवो जो तुम अनमैरिड पार्टनर है जो अदर फैमिली मैंबर्स भी जो तुम है जिदा कि न्याणे हो गए वो भी तुम इंक्लूड होंगे है उन्होंने भी एक अपडेट की है, प्लस उन्होंने एक हूं थोड़ी जी उन्होंने अपडेट जी नैगेटिव साइड उत्ते अपडेट उन्हें यह हैगी है भी जे तुम यूरोपियन नैशनल जो है तुम इतने तो तुम ब्रिटिश सिटीजनशिप अपलाई करना चाहते हैं तो थोड़ा उन्होंने हार्ड कर दिता है, हम टेस्ट वो यह है भी वो ये कहें भी सू जे ब्रिटिश सिटीजनशिप अपलाई करनी है तो इतने 5 साल इतने रेंदे हुए होने चाहिए हो तुम इतने स्टे रेगूलर चाहिए हैगी है, कई लोगों ने की किया हुआ भी कई लोग आते जाते है उन्होंने को सैटल स्टेटस भी है प्री सैटल स्टेटस भी उन्होंने को है 5 साल भी जो उन्होंने पूरे किए पर जो तुम नैचुरलाइजेशन अपलाई करनी जब तुम ब्रिटिश सिटीजनशिप अपलाई करनी है उन्होंने तुम्हारा सारा रिकॉर्ड चेक करना है इररेलेवेंट भावे तो सैटल स्टेटस है भावे को प्री सैटल स्टेटस है, उन्होंने केयरफुल रहना पैना भी जे तुम सैटल स्टेटस से तुम इतने है मेक श्योर भी तुम्हारी सेंटर ऑफ लाइफ इतने ही यूनाइटेड किंगडम के हो नहीं है भी तुम इतने ही लैके सैटल स्टेटस लैके अपनी कंट्री ट्रैवल ज्यादा कर रहे आ जा रहे हो इधर ही चीजा उन्होंने क्रैकडाउन करनी है हूं भी जे उन्होंने सिटीजनशिप ब्रिटिश सिटीजनशिप के जो कानून उन्होंने काफी सख्त कर देने है भी यह ठीक है तुम इतने को परमानेंट स्टे इतने हैगी है पर तुम्हें इतने यूके गवर्नमेंट या ब्रिटिश ब्रिटिश इमीग्रेशन रूल्स के अंदर जी नैशनैलिटी की रिक्वायरमेंट जी है तुम सैपरेटली तुम भी मीट करनिया पैनी है रिगार्डलैस तुम्हारे को सैटल स्टेटस है, एक थोड़ी जी एक डाउन साइज हैगी जी कि बड़े केयरफुल रहना पैना लोगों जिन्होंने इतने यूरोपियन जे नैशनल जे है अपने भैन भरा उन्होंने वास्ते ये जरूरी गल है चंगी तरह अपनी लीगल एडवाइस लैके अपनी जो नैशनलाइजेशन ब्रिटिश सिटीजनशिप अपलाई करनी है ध्यान ना करना बेस पहले तो मैं नैक्सट सवाल पूछू तो पहला इकबालदीप जी
ਜਿੱਦਾਂ ਹੁਣ ਅਸੀਂ ਗੱਲ ਕੀਤੀ ਹੈ ਜਿਹੜਾ ਸੈਲਫ ਇੰਪਲੋਇਮੈਂਟ ਦਾ ਸਕੀਮ, ਜਿਹੜਾ 13 ਤੋਂ 18 ਤੱਕ ਆਫਿਸਿਸ ਦਾ ਕੀ ਹਿਸਾਬ ਹੈਗਾ? ਉਹਨਾਂ ਦੇ ਆਫਿਸਿਸ ਖੁੱਲ੍ਹੇ ਹੈਗੇ ਨੇ ਕਿ ਕਿਸ ਕਿੱਦਾਂ ਕੀ ਹੋ ਰਿਹਾ? ਬਿਕੋਜ਼ ਜਦੋਂ ਉਹਨਾਂ ਨੇ ਡੈਡਲਾਈਨ ਦਿੱਤੀ ਹੈ, ਇਹਦਾ ਮਤਲਬ ਤਾਂ ਸਮ ਆਫਿਸਿਸ ਆਰ ਓਪਨ ਐਟ ਦ ਮੋਮੈਂਟ ਵਿਦ ਜਿਹੜੇ ਐਟਮਾਸੀ ਦੇ। ਹਾਂਜੀ ਹਾਂਜੀ ਹਾਂਜੀ, ਐਟਮਾਸੀ ਤੇ ਕਦੀ ਬੰਦ ਹੀ ਨਹੀਂ ਹੋਈ। ਉਹ ਤੇ ਕੀ ਉਹਦੇ ਗਵਰਨਮੈਂਟ ਬਾਡੀ ਹੈਗੀ, ਉਹਦੇ ਕੀ ਵਰਕਰਸ ਦੇ ਵਿੱਚ ਆਉਂਦੇ ਉਹਨਾਂ ਨੇ ਤੇ ਆਪਣਾ ਉਹਦੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਠੀਕ ਹੈ ਦੇ ਮਾਰਕੀ ਵਰਕਿੰਗ ਫਰਮ ਹੋਮ ਜਾਂ ਉਹਨਾਂ ਨੇ ਆਪਣਾ ਸੋਸ਼ਲ ਡਿਸਟੈਂਸਿੰਗ ਉਹਨਾਂ ਨੇ ਅਪਲਾਈ ਕੀਤੀ, ਪਰ ਐਟਮਾਸੀ ਵਰਕਿੰਗ ਉਹ ਤੇ ਨਾਰਮਲ ਕੰਮ ਕਰ ਰਹੇ, ਉਹਨਾਂ ਦਾ ਤੇ ਕਦੀ ਬੰਦ ਹੋਇਆ ਹੀ ਨਹੀਂਗਾ ਉਹ ਤੇ ਨਾ ਹੀ ਹੋਣਾ ਕਦੀ। ਸੋ ਬੇਸਿਕਲੀ ਜਦੋਂ ਅਸੀਂ ਲਾਸਟ ਵੀਕਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਜੋ ਵੀ ਤੁਸੀਂ ਅਪਲਾਈ ਕਰਨਾ ਉਹਨੂੰ ਸਟਾਪ ਨਾ ਕਰੋ, ਤੁਸੀਂ ਆਪਣੀ ਐਪਲੀਕੇਸ਼ਨ ਪਾਈ ਜਾਵੋ, ਠੀਕ ਹੈ ਨਾ? ਜੀ ਜੀ, ਔਰ ਸਾਰਾ ਕੁਝ ਆਨਲਾਈਨ ਹੈਗਾ, ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕਿਸੇ ਵੀ ਕੁਝ ਕਰਨ ਦੀ ਲੋੜ ਨਹੀਂ ਹੈਗੀ, ਕੋਈ ਪੇਪਰ ਫਾਰਮ ਨਹੀਂ ਹੈਗੇ ਹੁਣ ਟ੍ਰੈਡੀਸ਼ਨਲ ਜਿੱਦਾਂ ਪਹਿਲੇ ਹੁੰਦੇ ਸੀਗੇ, ਸਾਰਾ ਕੁਝ ਤੁਹਾਨੂੰ ਆਨਲਾਈਨ ਆ। ਤੁਸੀਂ ਕੰਪਿਊਟਰ ਉਹਨਾਂ ਦੀ ਵੈਬਸਾਈਟ ਤੇ ਜਾਓ, ਲਿੰਕ ਬਣੇ ਆ, ਤੁਸੀਂ ਕਲਿੱਕ ਕਰੋ। ਉਹਨਾਂ ਨੇ ਇੰਨਾ ਈਜ਼ੀ ਰੱਖਿਆ ਵੀ ਕਿਸੇ ਨੂੰ ਕੰਪਲੀਕੇਸ਼ਨਸ ਨਾ ਆਵੇ, ਇਸ ਕਰਕੇ ਉਹਨਾਂ ਨੇ ਜਿਹੜੇ ਲਿੰਕ ਵਗੈਰਾ ਜਿਹੜੇ ਹੈਗੇ ਉਹਨਾਂ ਨੇ ਕਾਫੀ ਸਿੰਪਲੀਫਾਈ ਕਰਕੇ ਦਿੱਤੇ ਹੈਗੇ। ਆਪਣਾ ਨਾਮ, ਡੇਟ ਆਫ ਬਰਥ, ਨੈਸ਼ਨਲ ਇੰਸ਼ੋਰੈਂਸ ਨੰਬਰ, ਯੂਟੀਆਰ ਨੰਬਰ, ਤੁਸੀਂ ਆਪਣੀ ਉਹਨੂੰ ਡਿਟੇਲ ਦਿਓ, ਆਟੋਮੈਟਿਕਲੀ ਉਹਨਾਂ ਨੇ ਉਹਦਾ ਤੁਹਾਡਾ ਸਾਰਾ ਡੇਟਾ ਜਨਰੇਟ ਕਰਕੇ ਪਿਛਲੇ 3 ਸਾਲ ਦਾ ਉਹਦੇ ਬੇਸਿਸ ਤੇ ਤੁਹਾਡੀ ਗਵਾਂਟ ਕਰ ਦੇਣੀ ਉਹਦਾ। ਇਕਬਾਲ ਜੀ ਜੀ, ਕਾਫੀ ਸਵਾਲ ਨੇ, ਮੈਂ ਥੋੜਾ ਰਸ਼ ਨਹੀਂ ਕਰਦਾ, ਪਰ ਫਿਰ ਵੀ ਅਗਰ ਟਾਈਮ ਹੋਏਗਾ ਅਸੀਂ ਵਾਪਸ ਰਿਪੀਟ ਵੀ ਕਰਾਵਾਂਗੇ। ਸਟੂਡੈਂਟ ਵੀਜ਼ਾ ਜਿਹਨਾਂ ਦਾ 30 ਡੇਜ਼ ਦਾ ਸੀਗਾ, ਅਗਰ ਉਹ ਪਾਸ ਹੋ ਗਿਆ ਉਹਦਾ ਕੀ ਹਿਸਾਬ ਹੈ ਹੁਣ? ਹਾਂਜੀ, ਇਹ ਚੰਗਾ ਹੈ ਤੁਸੀਂ ਸਵਾਲ ਪੁੱਛਿਆ, ਮੈਨੂੰ ਕਾਫੀ ਫੋਨ ਆ ਰਹੇ ਇਸ ਦੇ ਉੱਤੇ। ਬੇਸਿਕਲੀ ਕੀ ਸੀਗਾ ਵੀ ਜਿੱਦਾਂ 23rd of March ਤੋਂ ਉਹਨਾਂ ਨੇ ਲੋਕਡਾਊਨ ਅਨਾਊਂਸ ਕਰ ਦਿੱਤਾ ਸੀਗਾ, ਪਰ ਉਹਨਾਂ ਦਿਨਾਂ ਦੇ ਵਿੱਚ ਜੇ ਤੁਹਾਡਾ ਭਾਵੇਂ ਸਟੂਡੈਂਟ ਵੀਜ਼ਾ ਹੈਗਾ ਜਾਂ ਤੁਹਾਡਾ ਕੋਈ ਵੀ ਵੀਜ਼ਾ ਜਿਹੜਾ ਤੁਸੀਂ ਇੱਥੇ ਆ ਕੇ ਲੌਂਗ ਟਰਮ, ਜੇ ਤੁਸੀਂ ਕੋਈ ਵੀਜ਼ਾ ਹੈਗਾ ਤੁਸੀਂ ਇੱਥੇ ਲਿਆ ਹੈਗਾ ਤੇ ਤੁਹਾਡੇ 30 ਡੇਜ਼ ਤੁਹਾਡੇ ਰਨ ਆਊਟ ਹੋ ਗਏ ਹੈਗੇ, ਵੀ ਤੁਸੀਂ ਉਸ ਕਿਉਂਕਿ ਲੋਕਡਾਊਨ ਕਰਕੇ ਤੇ ਟਰੈਵਲ ਬੈਨ ਕਰਕੇ ਏਅਰਲਾਈਨਸ ਬੰਦ ਹੋਣ ਕਰਕੇ ਜੇ ਤੁਹਾਡੀ ਤੁਸੀਂ ਕਿਸੇ ਵੀ ਕਾਰਨ ਤੋਂ ਕੋਵਿਡ-19 ਕਰਕੇ ਤੁਸੀਂ ਟਰੈਵਲ ਨਹੀਂ ਕਰ ਸਕੇ ਆਪਣੀ ਕੰਟਰੀ ਟੂ ਯੂਨਾਈਟਡ ਕਿੰਗਡਮ ਤੁਹਾਡੇ ਵੀਜ਼ੇ ਦੀ ਕੰਡੀਸ਼ਨ ਦੇ ਅਕੋਰਡਿੰਗਲੀ, ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਗਵਰਨਮੈਂਟ ਨੇ ਇਹਦੇ ਉੱਤੇ ਵੀ ਉਹਨਾਂ ਨੇ ਕਨਸੈਸ਼ਨ ਕਰ ਦਿੱਤਾ ਹੈਗਾ ਵੀ ਜੇ ਤੁਸੀਂ ਤੁਹਾਡੇ ਇੱਦਾਂ ਦੇ ਤੁਹਾਡੇ ਹਾਲਾਤ ਹੈਗੇ ਆ ਤੇ ਤੁਸੀਂ ਉਹਨਾਂ ਨੇ ਕੋਰੋਨਾ ਵਾਇਰਸ ਇਮੀਗ੍ਰੇਸ਼ਨ ਹੈਲਪਲਾਈਨ ਇੱਕ ਈਮੇਲ ਐਡਰੈਸ ਬਣਾਈ ਹੈਗੀ ਹੈ, ਤੁਸੀਂ ਉਹਦੇ ਉੱਤੇ ਉਹਨਾਂ ਨੂੰ ਈਮੇਲ ਭੇਜੋ ਤੇ ਤੁਹਾਨੂੰ ਉਹ ਰਿਪਲੇਸਮੈਂਟ 30 ਡੇਜ਼ ਦਾ ਜਿਹੜਾ ਐਂਟਰੀ ਜਿਹੜੀ ਹੈਗੀ ਤੁਹਾਨੂੰ ਫ੍ਰੀ ਆਫ ਚਾਰਜ ਦੇਣਗੇ ਅਪ ਟਿਲ ਐਂਡ ਆਫ ਦਿਸ ਈਅਰ। ਬੜੀ ਸਿੰਪਲ ਚੀਜ਼ ਹੈ, ਆਨਲਾਈਨ ਈਮੇਲ ਉਹਨਾਂ ਦੀ CIS ਇੱਥੇ ਆਪਣਾ ਮੈਂ ਰਿਪੀਟ ਕਰੂੰਗਾ ਲੇਟਰ ਔਨ, ਉਹਨਾਂ ਦੀ ਇੱਕ ਵੈਬਸਾਈਟ ਈਮੇਲ ਐਡਰੈਸ ਹੈਗੀ ਹੈ CIS ਕਰਕੇ ਕੋਰੋਨਾ ਵਾਇਰਸ ਇਮੀਗ੍ਰੇਸ਼ਨ ਹੈਲਪਲਾਈਨ, ਉਹਦੇ ਉੱਤੇ ਸਿਰਫ ਨਾਮ, ਡੇਟ ਆਫ ਬਰਥ, GWF ਨੰਬਰ ਆਪਣਾ ਤੇ ਜਿਹੜੀ ਉਹਨਾਂ ਨੂੰ ਵੀਜ਼ਾ ਇਸ਼ੂ ਹੋਇਆ ਸੀ ਉਹਦੀ ਡੇਟ ਐਕਸਪਾਇਰੀ ਡੇਟ ਤੋਂ ਲਿਖ ਕੇ ਤੁਸੀਂ ਪਾ ਸਕਦੇ ਹੈਗੇ ਤੇ ਤੁਹਾਨੂੰ ਆਟੋਮੈਟਿਕਲੀ ਉਹਨਾਂ ਨੂੰ ਰਿਪਲੇਸਮੈਂਟ ਵੀਜ਼ਾ ਇਸ਼ੂ ਕਰ ਦੇਣਾ ਹੈਗਾ। ਪਰ ਸਭ ਤੋਂ ਵੱਡੀ ਚੀਜ਼ ਇਹ ਧਿਆਨ 'ਚ ਰੱਖਣ, ਜਿਹੜੇ ਬੰਦੇ ਵਿਜ਼ਿਟਰ ਅਪਲਾਈ, ਜਿਹਨਾਂ ਨੇ ਵਿਜ਼ਿਟਰ ਅਪਲਾਈ ਕੀਤਾ ਸੀਗਾ ਉਹਨਾਂ ਨੂੰ ਇਹ ਲਾਗੂ ਨਹੀਂ ਹੁੰਦਾ, ਉਹਨਾਂ ਵਾਸਤੇ ਇਹ ਨਹੀਂ ਹੈਗਾ। ਤੇ ਜੇ ਤੁਸੀਂ ਵਿਜ਼ਿਟਰ ਅਪਲਾਈ ਕੀਤਾ ਸੀਗਾ, ਜੇ ਤੁਸੀਂ ਵਿਜ਼ਿਟਰ ਤੁਹਾਡੇ ਕੋਲ ਵਿਜ਼ਿਟਰ 6 ਮਹੀਨੇ ਦਾ ਵੀਜ਼ਾ ਹੈਗਾ ਤੇ ਤੁਸੀਂ ਉਹ ਉਸ ਵਿੱਚ ਜੇ ਤੁਸੀਂ ਨਹੀਂ ਟਰੈਵਲ ਕਰ ਸਕਦੇ ਤੇ ਸੈਡਲੀ ਇਸ ਵੇਲੇ ਤੁਹਾਨੂੰ ਕੋਈ ਉਹਦੇ ਤੇ ਗਾਈਡੈਂਸ ਨਹੀਂ ਹੈਗੀ, ਸੈਡਲੀ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪੈਣਾ। ਹਾਂ, ਪਰ ਜੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀਗਾ, ਵਰਕ ਪਰਮਿਟ ਤੁਸੀਂ ਅਪਲਾਈ ਕੀਤਾ ਸੀਗਾ ਜਾਂ ਹੋਰ ਕਿਸੇ ਕੈਟਾਗਰੀ 'ਚ, ਜੇ ਤੁਸੀਂ 30 ਡੇਜ਼ ਤੁਹਾਨੂੰ ਗ੍ਰਾਂਟ ਮਿਲੇ ਸੀ ਕਿ ਤੁਸੀਂ ਯੂਨਾਈਟਡ ਕਿੰਗਡਮ ਟਰੈਵਲ ਕਰਨਾ ਉਹਨਾਂ 30 ਜਾਂ 30 ਦਿਨਾਂ ਦੇ ਵਿੱਚ, ਤੇ ਤੁਹਾਨੂੰ ਫ੍ਰੀ ਆਫ ਚਾਰਜ ਰਿਪਲੇਸਮੈਂਟ ਤੁਹਾਨੂੰ 30 ਡੇਜ਼ ਗ੍ਰਾਂਟ ਕਰੇਗੀ। ਐਕਸੈਪਟ ਐਕਸੈਪਟ ਵਿਜ਼ਿਟਰ ਤੋਂ ਉਹਨਾਂ ਨੂੰ ਨਹੀਂ ਅਪਲਾਈ ਹੁੰਦਾ ਉਹਨਾਂ? ਹਾਂਜੀ, ਐਕਸੈਪਟ ਵਿਜ਼ਿਟਰ। ਹਾਂਜੀ, ਚਲੋ ਠੀਕ ਹੈ। ਆਮ ਸਪੋਜ਼ ਸਾਰਾ ਕਲੀਅਰ ਹੈ, ਮੈਂ ਫਿਰ ਜ਼ਰਾ ਨੰਬਰ ਰਿਪੀਟ ਕਰ ਦਿੰਦਾ, ਪਲੀਜ਼ ਕਾਲ ਕਰੋ ਸ਼ੋਅ ਦੇ ਦਰਮਿਆਨ ਕਰੋ ਜਾਂ ਸ਼ੋਅ ਤੋਂ ਬਾਅਦ ਵੀ ਕਰਿਓ, ਅਸੀਂ ਹਮੇਸ਼ਾ ਕਹਿੰਦੇ ਨਾ ਜੋ ਵੀ ਤੁਹਾਡਾ ਕਾਲ ਲੱਗੇਗਾ ਇਕਬਾਲਦੀਪ ਨੂੰ ਦਿੱਤਾ ਜਾਏਗਾ। ਨੰਬਰ ਹੈਗਾ 01215511001। ਕਾਲ ਕਰਕੇ ਤੁਸੀਂ ਜਿਸ ਤਰ੍ਹਾਂ ਦਾ ਸਵਾਲ ਹੈ, ਕਈ ਕੁਐਸਚਨ ਰਾਤ ਤੋਂ ਪਹਿਲਾਂ ਹੋਣੇ ਚਾਹੀਦੇ ਨੇ, ਕਈ ਨੂੰ ਥੋੜ੍ਹਾ ਟਾਈਮ ਹੈਗਾ, ਪਰ ਜੋ ਵੀ ਛੇਤੀ ਹੋ ਚੁੱਕੇ ਤੁਸੀਂ ਕਰੋ। ਇਕਬਾਲਦੀਪ ਜੀ, ਦੂਜਾ ਮੇਰੇ ਪਾਸ ਸਵਾਲ ਹੈਗਾ, ਇੱਕ ਕਿਸੇ ਬੰਦੇ ਪਰਸਨਲ 2.5 ਸਾਲ ਦੇ ਅੰਡਰ 10 ਸਾਲ ਦੇ ਰੂਟ ਦੇ ਉੱਪਰ ਆਏ ਨੇ ਉਹ, ਤੇ ਉਹਨਾਂ ਦਾ 21 ਦੇ ਵਿੱਚ 3rd year ਹੈਗਾ ਹੁਣ ਉਹਦਾ ਰਿਨਿਊ ਕਰਨ ਦਾ, ਦੋ ਬੱਚੇ ਨੇ ਉਹਨਾਂ ਦੇ, ਪਰ ਅਨਫੋਰਚੁਨੇਟਲੀ ਹਸਬੈਂਡ ਵਾਈਫ ਸੈਪਰੇਟ ਹੋ ਗਏ ਉਹਨਾਂ ਮਿਊਚੁਅਲ ਅੰਡਰਸਟੈਂਡਿੰਗ ਦੇ ਉੱਪਰ। ਉਹਦੇ ਵਿੱਚ ਉਹਨੂੰ ਕਿਹੜੇ ਡਾਕੂਮੈਂਟ ਚਾਹੀਦੇ ਤੇ ਕਿੱਦਾਂ ਆਪਣਾ ਅਪਲਾਈ ਕਰ ਸਕਦਾ, ਉਹਦੇ ਕੀ ਹਿਸਾਬ ਆ ਉਹਦਾ ਹੁਣ? ਜਿਹਦੇ ਵਿੱਚ ਉਹਨਾਂ ਦੀ ਪਾਰਟਨਰ, ਉਹਨਾਂ ਦੀ ਜਿਹੜੀ ਪਾਰਟਨਰ ਦੇ ਨਾਲ ਜਿਹੜੀ ਪ੍ਰਾਈਵੇਟ ਲਾਈਫ ਸੀਗੀ ਤੇ ਨਿਆਣਿਆਂ ਦੇ ਨਾਲ ਪ੍ਰਾਈਵੇਟ ਲਾਈਫ ਸੀਗੀ, ਅਨਲੈਸ ਬੱਚੇ ਰਿਲੇਸ਼ਨਸ਼ਿਪ ਤੋਂ ਵੀਜ਼ਾ ਮਿਲਣ ਤੋਂ ਬਾਅਦ ਹੋਏ ਹੈਗੇ ਆ ਤੇ ਉਹਦੇ ਉੱਤੇ ਇਕੱਲੀ ਪਾਰਟਨਰ ਬੇਸਿਸ ਤੇ ਉਹਨੂੰ ਗ੍ਰਾਂਟ ਮਿਲੀ ਹੋਊਗੀ। ਤੇ ਜੇ ਉਹਨਾਂ ਦਾ ਰਿਲੇਸ਼ਨਸ਼ਿਪ ਬ੍ਰੇਕਡਾਊਨ ਹੋ ਗਿਆ ਤਾਂ ਜਾਂ ਮਿਊਚੁਅਲ ਅੰਡਰਸਟੈਂਡਿੰਗ ਚੋਂ ਸੈਪਰੇਟ ਹੋ ਗਏ ਆ ਤੇ ਉਹਨਾਂ ਦਾ ਜਿਹੜਾ ਪਾਰਟਨਰ ਰੂਟ ਜਿਹੜਾ ਹੈਗਾ ਉਹ ਆਟੋਮੈਟਿਕਲੀ ਉਹ ਡਿਸੋਲਵ ਹੋ ਜਾਊਗਾ ਤੇ ਉਹਨਾਂ ਨੂੰ ਹੁਣ ਆਪਣੇ ਬੱਚਿਆਂ ਦੇ ਬੇਸਿਸ ਉੱਤੇ ਆਉਣਾ ਪੈਣਾ ਉਹਨਾਂ ਨੂੰ, ਜਿਹੜੀ ਹਾਲੇ ਵੀ ਉਹਨਾਂ ਦਾ ਵੀਜ਼ਾ ਰਨ ਹੋਊਗਾ ਐਸ ਲੌਂਗ ਐਸ ਉਹ ਸ਼ੋਅ ਕਰਨਗੇ
ਵੀ ਜਿਹੜਾ ਉਹਨਾਂ ਦਾ ਨਾਲ ਬੱਚਿਆਂ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਹੈਗਾ ਉਹ ਹਲੇ ਵੀ ਐਗਜ਼ਿਸਟਿੰਗ ਹੈ ਸਬਸਿਸਟਿੰਗ ਹੈ ਤੇ ਜੈਨੂਇਨ ਹੈਗਾ ਤੇ ਉਹਦੀ ਬੱਚਿਆਂ ਦੀ ਅਪਬ੍ਰਿੰਗਿੰਗ ਦੇ ਵਿੱਚ ਉਹਨਾਂ ਦਾ ਪੂਰਾ ਹਿੱਸਾ ਹੈਗਾ ਉਹਦੇ ਫਾਦਰ ਦਾ ਬੱਚਿਆਂ ਨੂੰ ਲੁੱਕ ਆਫਟਰ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਮਿਲਦੇ ਹੈਗੇ ਕੰਟੈਕਟ ਹੈਗਾ ਬੱਚਿਆਂ ਨਾਲ ਰੈਜ਼ੀਡੈਂਟ ਹੋਟਲ ਹੈਗਾ ਨਹੀਂ ਉਹ ਹੈਗਾ ਕਿਉਂਕਿ ਅੰਡਰਸਟੈਂਡਿੰਗ ਨਾਲ ਹੋ ਰਿਹਾ ਸਾਰਾ ਕੁਝ ਹਾਂਜੀ ਬੈਸਟ ਨਾਲ ਇਹੀ ਹੈ ਵੀ ਇਹ ਉਹ ਦੇ ਵਿੱਚ ਆਪਣੀ ਕੰਟੈਕਟ ਆਰਡਰ ਅਪਲਾਈ ਕਰਕੇ ਆਪਣਾ ਸੈਕਸ਼ਨ 8 ਦੇ ਅੰਦਰ ਉਹਨਾਂ ਕੰਟੈਕਟ ਆਰਡਰ ਅਪਲਾਈ ਕਰਕੇ ਉਸ ਤੇ ਚਾਰਜ ਅਰੇਂਜਮੈਂਟ ਆਰਡਰ ਅਪਲਾਈ ਕਰਕੇ ਉਹਨਾਂ ਨੂੰ ਤੁਸੀਂ ਲੀਗਲ ਕਰੋ ਸਾਰਾ ਕੰਮ ਜਿਹਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਤੁਸੀਂ ਉਸ ਬੇਸਿਸ ਦੇ ਉੱਤੇ ਤੁਸੀਂ ਐਕਸੈਸ ਟੂ ਚਾਈਲਡ ਜਿਹੜਾ ਤੁਹਾਡਾ ਨਿਆਣੇ ਜਿਹੜੇ ਤੁਹਾਡੇ ਇੱਥੇ ਹੈਗੇ ਆ ਤੁਸੀਂ ਉਸ ਬੇਸਿਸ ਤੇ ਆਪਣੀ ਥਰਡ ਐਕਸਟੈਂਸ਼ਨ ਲੈ ਸਕਦੇ ਹੈਗੇ ਹੋ ਵੀ ਤੁਸੀਂ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਬੱਚਿਆਂ ਨਾਲ ਜੈਨੂਇਨ ਤੇ ਸਬਸਿਸਟਿੰਗ ਹੈਗਾ ਤਾਂ ਤੁਹਾਡੇ ਕੋਲ ਕੋਰਟ ਆਰਡਰ ਹੋਊਗਾ ਪ੍ਰੂਫ ਕਰਨ ਨੂੰ ਕਿਉਂਕਿ ਤੁਸੀਂ ਦਿਖਾ ਨਹੀਂ ਸਕੋਗੇ ਵੀ ਤੁਸੀਂ ਬੱਚਿਆਂ ਨਾਲ ਰਹਿੰਦੇ ਪਏ ਹੋ ਇਹਨਾਂ ਦੇ ਫੈਮਿਲੀ ਸਰਕਮਸਟੈਂਸਸ ਹੁਣ ਸਾਨੂੰ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੈਗਾ ਪਰ ਜੇ ਵੱਖਰੇ ਰਹਿੰਦੇ ਹੈਗੇ ਆ ਤੇ ਬੱਚੇ ਵਾਈਫ ਨਾਲ ਰਹਿੰਦੇ ਹੈਗੇ ਆ ਤੇ ਇਹਨਾਂ ਨੂੰ ਡਿਫਿਕਲਟ ਹੋ ਜਾਊਗਾ ਵੀ ਇਹ ਦਿਖਾਉਣਾ ਵੀ ਬੱਚਿਆਂ ਨਾਲ ਰਹਿੰਦਾ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਕੋਰਟ ਆਰਡਰ ਬਹੁਤ ਜ਼ਰੂਰੀ ਹੋਊਗਾ ਚਲੋ ਠੀਕ ਹੈ ਪਰ ਇਹ ਗੱਲ ਬਹੁਤ ਅੱਛੀ ਹੈਗੀ ਆਮ ਸੌਰੀ ਟੂ ਹੇ ਕਿ ਉਹਨਾਂ ਦੀ ਸੈਪਰੇਸ਼ਨ ਹੋਈ ਹੈ ਪਰ ਫਿਰ ਵੀ ਹਸਬੰਡ ਵਾਈਫ ਬੜਾ ਮਿਊਚੁਅਲੀ ਅੰਡਰਸਟੈਂਡਿੰਗ ਦੇ ਨਾਲ ਡੀਲ ਕਰ ਰਹੇ ਨੇ ਵਿਚ ਇਜ਼ ਗੋ ਨਾਈਸ ਬੜਾ ਸੈਂਸਿਬਿਲਿਟੀ ਮੈਚੁਰਿਟੀ ਹੈਂਡਲ ਕਰ ਰਹੇ ਨੇ ਉਹ ਤੇ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਕਬਾਲ ਜੀ ਵਿੱਚ ਕੁਝ 8-9 ਮਿੰਟ ਰਹਿੰਦੇ ਨੇ ਇੱਕ ਸਵਾਲ ਹੈਗਾ ਸਮ ਬੰਦੇ ਇੱਥੇ ਰਹਿੰਦੇ ਨੇ ਤੇ ਉਹਨਾਂ ਦੇ ਫੈਮਿਲੀ ਹੀ ਵਾਸ ਬੋਰਨ ਹੇਅਰ ਐਂਡ ਉਹਦੇ ਪਾਸ ਨੈਚੁਰਲਾਈਜੇਸ਼ਨ ਹੈਗੀ ਹੈ ਫੈਮਿਲੀ ਹੈਗੀ ਉਹਨਾਂ ਦੀ ਬੈਕ ਹੋਮ ਇੰਡੀਆ ਕੇ ਪਾਕਿਸਤਾਨ ਜਿੱਥੇ ਵੀ ਹੈ ਤੇ ਉਹ ਆਪਣਾ ਕਿਸ ਤਰ੍ਹਾਂ ਫੈਮਿਲੀ ਨੂੰ ਜੁਆਇਨ ਕਰਾ ਸਕਦੇ ਨੇ ਹੁਣ ਸੋਰੀ ਉਹਦੇ ਕੀ ਕੰਡੀਸ਼ਨਾਂ ਨੇ ਸਵਾਲ ਰਿਪੀਟ ਕਰਿਓ ਪਲੀਜ਼ ਤੁਸੀਂ ਬੰਦਾ ਕਿੱਥੇ ਰਹਿੰਦਾ ਹੀ ਇਸ ਗੋਟ ਨੈਚੁਰਲਾਈਜੇਸ਼ਨ ਹੈਗੀ ਉਹਦੇ ਪਾਸ ਸਿਟੀਜ਼ਨਸ਼ਿਪ ਹੈ ਤੇ ਹਾਂਜੀ ਉਹਦੀ ਫੈਮਿਲੀ ਬੈਕ ਹੋਮ ਹੈਗੀ ਹੈ ਉਹਨੇ ਦੱਸਿਆ ਨਹੀਂ ਕਿ ਇੰਡੀਆ ਤੋਂ ਕਿ ਪਾਕਿਸਤਾਨ ਤੋਂ ਹੈ ਉਹ ਫੈਮਿਲੀ ਨੂੰ ਕਿਸ ਤਰ੍ਹਾਂ ਜੁਆਇਨ ਇਨ ਕਰ ਸਕਦੇ ਨੇ ਉਹਦਾ ਕੀ ਚਾਂਸਿਸ ਹੈਗੇ ਨੇ ਬੱਚਿਆਂ ਦੀ ਏਜ ਦੀ ਕੋਈ ਰੈਸਟ੍ਰਿਕਸ਼ਨ ਹੈਗੀ ਹੈ ਕਿ ਕਰ ਸਕਦਾ ਉਹ ਜਿਹੜੀ ਉਹਨਾਂ ਦੀ ਫੈਮਿਲੀ ਉੱਥੇ ਹੈਗੀ ਹੈ ਤਾਂ ਉਹਨਾਂ ਨੂੰ ਪਹਿਲੇ ਇਹ ਦੇਖਣਾ ਪੈਣਾ ਵੀ ਬੱਚੇ ਕਦੋਂ ਬੋਰਨ ਹੋਏ ਇਹਨਾਂ ਦੀ ਸਿਟੀਜ਼ਨਸ਼ਿਪ ਨੈਚੁਰਲਾਈਜੇਸ਼ਨ ਤੋਂ ਪਹਿਲੇ ਬੋਰਨ ਹੋਏ ਕਿ ਨੈਚੁਰਲਾਈਜੇਸ਼ਨ ਤੋਂ ਬਾਅਦ ਬੋਰਨ ਹੋਏ ਹੈਗੇ ਤੇ ਜੇ ਨੈਚੁਰਲਾਈਜੇਸ਼ਨ ਤੋਂ ਪਹਿਲੇ ਬੋਰਨ ਜਦੋਂ ਨੈਚੁਰਲਾਈਜੇਸ਼ਨ ਤੋਂ ਬਾਅਦ ਬੋਰਨ ਹੋਏ ਤੇ ਆਟੋਮੈਟਿਕਲੀ ਬੱਚੇ ਡਿਰਾਈਵ ਕਰੂਗੇ ਬ੍ਰਿਟਿਸ਼ ਸਿਟੀਜ਼ਨਸ਼ਿਪ ਇਹਨਾਂ ਦੇ ਥਰੂ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਨਕੁਆਇਰੀ ਪਾਈ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਆ ਐਕਚੁਅਲੀ ਸੌਰੀ ਬੋਰਨ ਆਫਟਰ ਹਿਸ ਨੈਚੁਰਲਾਈਜੇਸ਼ਨ ਬਾਅਦ ਹੋਏ ਉਹਨਾਂ ਦੀ ਜਨਮ ਬੱਚੇ ਬਾਅਦ ਚੋਂ ਹੋਏ ਨੈਚੁਰਲਾਈਜੇਸ਼ਨ ਤੋਂ ਹਾਂਜੀ ਤੇ ਉਹ ਫਿਰ ਉਹਨਾਂ ਨੂੰ ਬ੍ਰਿਟਿਸ਼ ਸਿਟੀਜ਼ਨਸ਼ਿਪ ਤੁਸੀਂ ਅਪਲਾਈ ਕਰ ਸਕਦੇ ਹੈਗੇ ਬੱਚਿਆਂ ਦੀ ਭਾਵੇਂ ਤੁਸੀਂ ਜਿਹੜੀ ਵੀ ਕੰਟਰੀ 'ਚ ਤੁਹਾਡੇ ਨਿਆਣੇ ਹੈਗੇ ਤੁਸੀਂ ਉੱਥੇ ਦੀ ਜਿਹੜੀ ਵੀ ਬ੍ਰਿਟਿਸ਼ ਐਮਬਸੀ ਹੈਗੀ ਹੈ ਉਹਦੇ ਥਰੂ ਤੁਸੀਂ ਬ੍ਰਿਟਿਸ਼ ਸਿਟੀਜ਼ਨਸ਼ਿਪ ਬੱਚਿਆਂ ਦੀ ਅਪਲਾਈ ਕਰ ਸਕਦੇ ਹੋ ਤੇ ਜਿਹੜੀ ਤੁਹਾਡੀ ਵਾਈਫ ਹੋਊਗੀ ਉਹਦਾ ਤੁਸੀਂ ਅਪੈਂਡਿਕਸ ਐਫ ਐਮ ਦੇ ਅੰਦਰ ਐਜ਼ ਅ ਪਾਰਟਨਰ ਰੂਟ ਦੇ ਉੱਤੇ ਤੁਸੀਂ ਉਹਦਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਉਹ ਤੁਹਾਨੂੰ ਇੱਥੇ ਜੁਆਇਨ ਕਰ ਸਕਦੇ ਹੈਗੇ ਆ ਸ਼ਰਤ ਉਹਦੀ ਹੈ ਵੀ ਤੁਹਾਡੀ 18,600 ਇਨਕਮ ਹੋਣੀ ਚਾਹੀਦੀ ਹੈ ਤੇ ਤੁਸੀਂ ਪਿਛਲੇ 6 ਮਹੀਨੇ ਤੋਂ ਜਿੱਦਾਂ ਤੁਸੀਂ ਪਿਛਲੇ ਪਿਛਲੇ 6 ਮਹੀਨੇ ਤੋਂ ਇੰਪਲੋਇਡ ਨਾ ਹੋਣਾ ਚਾਹੀਦਾ ਜੇ ਤੁਸੀਂ ਇੱਕ ਇੰਪਲੋਇਡ ਨਹੀਂ ਹੈਗੇ ਤੇ ਤੁਸੀਂ ਇਹ ਮੋਰ ਦੈਨ 1 ਇੰਪਲੋਇਡ ਨਾ ਵੀ ਸ਼ੋਅ ਕਰ ਸਕਦੇ ਹੋ ਪਰ ਜੇ ਤੁਸੀਂ ਇੰਪਲੋਇਮੈਂਟ ਨਹੀਂ ਹੈਗਾ ਤੁਸੀਂ ਸੈਲਫ ਇੰਪਲੋਇਮੈਂਟ ਦੇ ਥਰੂ ਵੀ ਸ਼ੋਅ ਕਰ ਸਕਦੇ 18,600 ਤੇ ਤੁਸੀਂ ਸੇਵਿੰਗਸ ਦੇ ਥਰੂ ਵੀ ਆਪਣੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਨੂੰ ਕਾਫੀ ਕਈ ਤਰੀਕੇ ਨਾਲ ਤੁਸੀਂ ਮੀਟ ਕਰ ਸਕਦੇ ਹੋ ਇਹ ਡਿਪੈਂਡ ਕਰੂਗਾ ਤੁਹਾਡੇ ਫਾਈਨੈਂਸ਼ੀਅਲ ਸਰਕਮਸਟੈਂਸ ਤੇ ਤੁਹਾਡੀ ਜੌਬ ਕੰਡੀਸ਼ਨ ਕੀ ਹੈਗੀ ਹੈ ਤੁਹਾਡੀ ਪਰ ਇਜ਼ ਇਟ ਅ ਗੁੱਡ ਪੁਆਇੰਟ ਕਿ ਬੱਚੇ ਬਾਅਦ ਚ ਬੋਰਨ ਹੋਏ ਨੇ ਸੋ ਦੈਟਸ ਅ ਪਲੱਸ ਪੁਆਇੰਟ ਨਾ ਉਹਦਾ ਪਲੱਸ ਪੁਆਇੰਟ ਇਦਾਂ ਹੈ ਵੀ ਜਦੋਂ ਜੇ ਇੱਕ ਵੀ ਪੇਰੈਂਟ ਕੋਲ ਬ੍ਰਿਟਿਸ਼ ਸਿਟੀਜ਼ਨਸ਼ਿਪ ਜੇ ਹੈਗੀ ਹੈ ਤੇ ਬੱਚੇ ਉਸ ਸਿਟੀਜ਼ਨਸ਼ਿਪ ਬ੍ਰਿਟਿਸ਼ ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਬੋਰਨ ਹੁੰਦੇ ਆ ਤੇ ਬੱਚੇ ਇੰਟੈਂਟਸ ਹੁੰਦੇ ਆ ਵੀ ਫਾਦਰ ਦੇ ਥਰੂ ਜਾਂ ਮਦਰ ਦੇ ਥਰੂ ਉਹ ਬ੍ਰਿਟਿਸ਼ ਸਿਟੀਜ਼ਨਸ਼ਿਪ ਕਲੇਮ ਕਰ ਸਕਣ ਬਹੁਤ ਅੱਛੇ ਦੂਸਰਾ ਸਵਾਲ ਇਹ ਹੈਗਾ ਕੋਈ ਬੰਦਾ ਇੱਥੇ ਹੋ ਗਿਆ 10 ਸਾਲ ਰਹਿੰਦੇ ਹੋਏ ਨੂੰ ਤੇ ਉਹਨੇ ਆਪਣੀ ਐਕਸ ਵਾਈਫ ਨੂੰ ਲੌਂਗ ਟਾਈਮ ਤੇ ਬੁਲਾਇਆ ਸੀ ਉਹਨੂੰ ਇੱਥੇ ਤੇ ਅਪਲਾਈ ਫੋਰ ਦਾ ਸੈਟਲਮੈਂਟ ਉਹ ਅਪਰੂਵ ਹੋ ਗਈ ਉਹਦੀ ਐਕਸ ਵਾਈਫ ਦੇ ਨਾਲ ਉਹਦਾ ਇੱਕ ਬੱਚਾ ਹੈਗਾ ਸਨ 19 ਸਾਲਾਂ ਦਾ ਹਾਂਜੀ ਤੇ ਉਹਦਾ ਵੀ ਆਪਣਾ ਜਿਹੜਾ ਉਹਦੇ ਪਾਸ ਪਾਸ ਹੈਗਾ ਵੀਜ਼ਾ ਹੈਗਾ ਉਹਦੇ ਉੱਪਰ ਉਹਨੂੰ ਬੁਲਾ ਸਕਦਾ ਆਪਣੇ ਮੁੰਡੇ ਨੂੰ ਇਸ 19 ਨਾਲ ਵੀਜ਼ਾ ਹੈਗਾ ਤਾਂ ਫਿਰ ਮੈਂ ਬੁਲਾ ਜੇ ਵੀਜ਼ਾ ਹੈਗਾ ਉਹਨਾਂ ਕੋਲ ਤੇ ਫਿਰ ਇੱਥੇ ਹੀ ਹੋਏਗਾ ਫਿਰ ਜੇ ਵੀਜ਼ਾ ਆਲਰੇਡੀ ਕਿ ਯੂਕੇ ਵੀਜ਼ਾ ਹੈਗਾ 19 ਸਾਲ ਦੇ ਮੁੰਡੇ ਨਿਆਣੇ ਕੋਲ ਨਹੀਂ ਮੁੰਡਾ ਇਜ਼ ਅਬਰੋਡ ਉਹਦੇ ਕਲੀਅਰ ਨਹੀਂ ਦੱਸਿਆ ਕਿ ਮੁੰਡੇ ਪਾਸ ਕੀ ਹੈਗਾ ਕਿਉਂਕਿ ਉਹਨੇ ਆਪਣੀ ਐਕਸ ਵਾਈਫ ਨੂੰ ਬੁਲਾਇਆ ਯੂਕੇ ਦੇ ਵਿੱਚ ਉਹ ਅਪਰੂਵ ਹੋ ਗਿਆ ਹੁਣ ਉਹਦੇ 19 ਸਾਲਾਂ ਦੇ ਬੱਚੇ ਨੂੰ ਬੁਲਾਉਣਾ ਚਾਹੁੰਦਾ ਉਹ ਹਾਂਜੀ ਫਿਰ ਜੇ 19 ਸਾਲਾਂ ਦੇ ਬੱਚੇ ਨੂੰ ਬੁਲਾਉਣਾ ਚਾਹੁੰਦਾ ਥੋੜੇ ਟ੍ਰਿਕੀ ਹੋ ਜਾਣਾ ਤੇ ਕਿ ਕਿਉਂਕਿ ਬੱਚਾ ਓਵਰ 18 ਹੈਗਾ ਇਸ ਵੇਲੇ ਇਟਸ ਲਿਟਲ 21 ਬੇਸਿਕਲੀ ਉਹ ਕੀ ਕਰ ਸਕਦਾ ਉਹਨੂੰ ਪੜ੍ਹਾਈ ਦੇ ਬੇਸ ਤੇ ਤੁਸੀਂ ਇੱਥੇ ਮੰਗਾ ਸਕਦੇ ਹੋ ਉਹ ਬੱਚਾ ਇੱਥੇ ਆ ਕੇ ਪੜ੍ਹ ਸਕਦਾ ਆ ਕੇ ਫਿਰ ਤੁਸੀਂ ਇੱਥੇ ਆ ਕੇ ਤੁਸੀਂ ਦੇਖ ਸਕਦੇ ਤੁਸੀਂ ਕੀ ਉਹਦਾ ਲੌਂਗ ਟਰਮ ਕੀ ਸਿਚੁਏਸ਼ਨ ਹੋ ਸਕਦੀ ਪਰ ਕਿਉਂਕਿ ਬੱਚਾ ਓਵਰ 18 ਹੋ ਗਿਆ ਤੇ ਇਹਦੇ ਵਾਸਤੇ ਇਹਨਾਂ ਨੂੰ ਆਪਣੀ ਇੰਡੀਪੈਂਡੈਂਟ ਲਾਈਫ ਹੈਗੀ ਹੈ ਉਹਦੀ ਤੇ ਇਹਨਾਂ ਨੂੰ ਥੋੜਾ ਜਿਹਾ ਡਿਫਿਕਲਟ ਹੋਊਗਾ ਕਿਉਂਕਿ ਬੱਚਾ ਓਵਰ 18 ਆ 18 ਤੱਕ ਹੁੰਦਾ ਕਿ 17 ਤੱਕ ਹੀ ਹਾਂਜੀ 18 ਤੱਕ ਹੁੰਦਾ 18 ਤੱਕ
ਉਹਦਾ ਪਾਸ ਨਾ ਪਾਰਟਨਰ ਪਾਸ ਹੈਗਾ ਵੀਜ਼ਾ 2.5 ਸਾਲ ਦਾ ਜਿਹੜਾ ਆਲਮੋਸਟ ਫਿਨਿਸ਼ ਹੋ ਗਿਆ। 10 ਸਾਲ ਦੇ ਰੂਟ ਤੇ ਆਏ ਨੇ, ਸਿਮਿਲਰ ਥੋੜਾ ਕੁਐਸਚਨ ਪਰ ਥੋੜਾ ਜਿਹਾ ਡਿਫਰੈਂਟ ਹੈ। 10 ਸਾਲ ਦੇ ਰੂਟ ਦੇ ਉੱਪਰ ਜਿਹੜੀ ਮਦਰ ਹੈਗੀ ਹੈ, ਸ਼ੀ ਇਜ਼ ਅ ਬ੍ਰਿਟਿਸ਼ ਸਿਟੀਜ਼ਨ ਵਿਦ ਦ 2 ਚਿਲਡਰਨ, ਐਂਡ ਉਹਨਾਂ ਦਾ ਜਿਹੜਾ ਜੁਲਾਈ ਚ ਰਿਨਿਊ ਹੋਣ ਆਇਆ ਹੁਣ। ਹਾਂਜੀ, ਦੇ ਲਿਵਿੰਗ ਔਨ ਯੂਨੀਵਰਸਲ ਕ੍ਰੈਡਿਟ। ਉਹ ਪੁੱਛਦੇ ਨੇ, ਪਹਿਲਾ ਸਵਾਲ ਹੈਗਾ, ਕਹਿੰਦੇ ਅਪਲਾਈ ਅ ਪ੍ਰੀਮੀਅਮ ਸਰਵਿਸ ਫੋਰ ਦ ਸੇਮ ਡੇ ਅਪਲਾਈ। ਹਾਂਜੀ, ਉਹ ਜਿਹੜੀ ਪ੍ਰੀਮੀਅਮ ਸਰਵਿਸ ਹੈਗੀ ਆ, ਬੇਸਿਕਲੀ ਅਪ ਟਿਲ ਨਾਓ, ਅਪ ਟਿਲ ਆਫ ਟੂਡੇ, ਹਲੇ ਪ੍ਰੀਮੀਅਮ ਸਰਵਿਸ ਉਹਨਾਂ ਨੇ ਬੰਦ ਕੀਤੀ ਹੋਈ ਹੈਗੀ। ਵੀਜ਼ਾ ਸੈਂਟਰ ਸਾਰੇ ਕਲੋਜ਼ ਹੈਗੇ, ਪ੍ਰੀਮੀਅਮ ਸਰਵਿਸ ਦੀ ਕੋਈ ਆਪਸ਼ਨ ਨਹੀਂ ਹੈਗੀ ਇਸ ਵੇਲੇ। ਆਪਸ਼ਨ ਉਹਨਾਂ ਨੇ ਬੰਦ ਕਰ ਦਿੱਤੀ ਸੀਗੀ, ਆਈ ਥਿੰਕ ਮਾਰਚ ਐਂਡ ਤੱਕ ਉਹਨਾਂ ਨੇ ਪ੍ਰੀਮੀਅਮ ਸਰਵਿਸ ਕੇਸ ਲਾਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਕੰਪਲੀਟਲੀ ਸ਼ਟਡਾਊਨ ਕਰਤਾ ਸੀਗਾ। ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੈਗੀ ਕਦੋਂ ਰੀਓਪਨ ਕਰਨਾ ਉਹਨਾਂ ਨੇ। ਸੋਪਰਾ ਸੀਗਰਾ ਦੇ ਸਾਰੇ ਸੈਂਟਰ ਜਿਹੜੇ ਹੈਗੇ ਆ ਬਿਕੋਜ਼ ਆਫ ਦਾ COVID-19 ਕ੍ਰਾਈਸਿਸ, ਉਹ ਵੀ ਬੰਦ ਪਏ ਹੈਗੇ ਆ। ਜਿਹੜੇ ਸਰਵਿਸ ਸਪੋਰਟ ਸੈਂਟਰ ਜਿਹੜੇ ਹੈਗੇ, ਇਹਨਾਂ ਦੀ ਜਿਹੜੀ ਆ ਹੋਮ ਆਫਿਸ ਦੇ, ਜਿਹੜੇ ਕ੍ਰੋਡਨ ਦੇ ਵਿੱਚ, ਸ਼ੈਫੀਲਡ ਦੇ ਵਿੱਚ, ਲਿਵਰਪੂਲ ਦੇ ਵਿੱਚ, ਬਰਮਿੰਗਮ ਦੇ ਵਿੱਚ, ਕਾਰਡਿਫ ਦੇ ਵਿੱਚ, ਤੇ ਉਹਦੇ ਗਲਾਸਗੋ ਦੇ ਵਿੱਚ, ਇਹ ਸਾਰੇ ਸੈਂਟਰ COVID-19 ਕਰਕੇ ਇਹ ਸਾਰੇ ਕਲੋਜ਼ ਸ਼ਟਡਾਊਨ ਪਏ ਹੈਗੇ। ਇਸ ਕਰਕੇ ਉਹ ਪ੍ਰਾਇਓਰਟੀ ਸਰਵਿਸ ਦੇ ਅੰਡਰ ਕੋਈ ਵੀ ਐਪਲੀਕੇਸ਼ਨ ਹਲੇ ਨਹੀਂ ਲੈਂਦੇ ਪਏ ਹੋ। ਜਿਹਨਾਂ ਨੇ ਵੀ ਜੇ ਤੁਸੀਂ ਵੇਟ ਕਰ ਸਕਦੇ ਹੈਗੇ ਉਹ ਵੇਟ ਕਰਨ ਥੋੜਾ ਜਿਹਾ, ਕਿਉਂਕਿ ਇਹਨਾਂ ਕੋਲ ਵੀਜ਼ਾ ਹਲੇ ਜੁਲਾਈ ਤੱਕ ਹੈਗਾ। ਹੋਪਫੁਲੀ ਮੇ ਬੀ ਉਹਨੀ ਤੱਕ ਸਰਵਿਸ ਰਿਜ਼ਿਊਮ ਹੋ ਜਾਵੇ, ਪਰ ਫੋਰ ਅਪ ਟਿਲ ਨਾਓ ਹਲੇ ਉਹ ਪ੍ਰਾਇਓਰਟੀ ਸਰਵਿਸ ਸੇਮ ਦੇ ਸਰਵਿਸ ਨਹੀਂ ਹੈਗੀ। ਤੁਸੀਂ ਨੋਮ ਇਹ ਉਦਾਂ ਵੀ ਹਲੇ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦਾ ਜੇ ਵੀਜ਼ਾ ਜੁਲਾਈ ਤੱਕ ਖਤਮ ਹੋ ਰਿਹਾ ਹੈ, ਤੇ ਇਹ 28 ਡੇਜ਼ ਤੱਕ ਨਹੀਂ ਅਪਲਾਈ ਕਰ, ਜਦੋਂ 28 ਡੇਜ਼ ਰਹਿ ਜਾਣਗੇ ਉਸ ਤੋਂ ਬਾਅਦ ਇਹ ਅਪਲਾਈ ਕਰਨ। ਇਹ ਹਲੇ ਟੂ ਪ੍ਰੀ ਮਚਿਓਰ ਆ, ਹਲੇ ਜੇ ਅਪਲਾਈ ਵੀ ਨਹੀਂ ਕਰ ਸਕਦੇ, ਜੁਲਾਈ ਤੱਕ ਵੇਟ ਕਰਨ, ਤੇ ਜਦੋਂ ਉਨੀ ਦੇਰ ਤੱਕ ਜੇ ਆਪਣੀ ਸਰਵਿਸ ਆ ਜਾਂਦੀ ਹੈਗੀ ਤੇ ਉਸ ਸਰਵਿਸ ਦੇ ਵਿੱਚ ਅਪਲਾਈ ਕਰ ਸਕਦੇ ਆ। ਨਹੀਂ ਤਾਂ ਫਿਰ ਜੇ ਸਟੈਂਡਰਡ ਸਰਵਿਸ ਉਹਦੇ ਵਿੱਚ ਹੋਈ ਤੇ ਤੁਹਾਨੂੰ ਵੀਜ਼ਾ ਤੁਸੀਂ ਆਪਣਾ ਓਵਰਸਟੇ ਨਹੀਂ ਕਰ ਸਕਦੇ, ਤੇ ਤੁਹਾਨੂੰ ਜਿਹੜੀ ਵੀ ਸਰਵਿਸ ਤੁਹਾਨੂੰ ਅਵੇਲੇਬਲ ਹੈਗੀ ਤੁਹਾਨੂੰ ਉਹਦੇ ਅੰਡਰ ਤੁਹਾਨੂੰ ਅਪਲਾਈ ਕਰਨਾ ਪੈਣਾ। ਦੂਸਰਾ ਸਵਾਲ ਉਹਨਾਂ ਦਾ ਸੀਗਾ ਕਿ ਹਾਊ ਈਜ਼ੀ ਇਜ਼ ਇਟ, ਮੈਂ ਖੁਦ ਅਪਲਾਈ ਕਰ ਲਵਾਂ ਕਿ ਸੋਲੀਸਿਟਰ ਨੂੰ ਯੂਜ਼ ਕਰਾਂ। ਮੈਂ ਤਾਂ ਹਮੇਸ਼ਾ ਰਿਕਮੈਂਡ ਕਰਦਾ ਪ੍ਰੋਫੈਸ਼ਨਲ ਸਰਵਿਸ ਲੈਣੀ ਚਾਹੀਦੀ ਹੈ। ਹੁਣ ਕਾਰ ਸਰਵਿਸ ਹੁੰਦੀ ਹੈ, ਬੰਦਾ ਖੁਦ ਵੀ ਤਾਂ ਕਰ ਸਕਦਾ, ਇਸੇ ਕਰਕੇ ਗੈਰਜਾ ਨੇ ਕਿ ਤੁਸੀਂ ਪ੍ਰੋਫੈਸ਼ਨਲੀ ਕਰਾਉਂਦੇ ਹੋ, ਦੱਸ ਵਾਈ ਯੂ ਦੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਇਹ ਤਾਂ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ ਇਹ ਤੇ ਉਹਨਾਂ ਨੇ ਦੇਖਣਾ ਵੀ ਚਲੋ ਜੇ ਸਲਿਪਸ ਹੁੰਦਾ ਉਹ ਸਾਰਾ ਕੇਅਰਫੁਲੀ ਹੋ ਜਾਂਦਾ ਕੰਮ, ਕੋਈ ਐਵੀਨਿਊ ਰਹਿ ਨਹੀਂ ਜਾਂਦਾ, ਸਾਰੇ ਬੰਦੇ ਕਵਰ ਹੋ ਜਾਂਦਾ, ਤੁਹਾਡੇ ਕੋਲ ਐਕਸਪਰਟ ਗਾਈਡੈਂਸ ਹੁੰਦੀ ਹੈ, ਬਟ ਤੁਸੀਂ ਆਪ ਅਪਲਾਈ ਕਰਨਾ, ਇਹ ਤੇ ਉਹਨਾਂ ਦੀ ਪਰਸਨਲ ਚੋਇਸ ਹੈਗੀ ਉਹ ਕਿੱਦਾਂ ਕਰਨਾ ਚਾਹੁੰਦੇ ਹੈਗੇ। ਤੇ ਡਾਕੂਮੈਂਟ ਦਾ ਕੁਛ ਕਿੱਦਾਂ ਦਾ ਕੁਛ, ਮੈਨੂੰ ਪਤਾ ਟਾਈਮ 'ਚ ਟੀਵੀ 'ਤੇ ਨਹੀਂ ਦੱਸਿਆ ਜਾਂਦਾ, ਉਹਨਾਂ ਨੂੰ ਕਿਹੜੇ ਕੋਈ ਸਪੈਸ਼ਲ ਕਾਈਂਡ ਆਫ ਡਾਕੂਮੈਂਟ ਚਾਹੀਦੇ ਨੇ ਕਿ ਨੋਰਮਲ ਜੋ ਵੀ ਮੰਗਦੀ ਹੈ ਹੋਮ ਆਫਿਸ? ਨੋਰਮਲ ਜਿਹੜੇ ਡਾਕੂਮੈਂਟ ਡਿਪੈਂਡ ਕਰੇਗਾ 3 ਕ੍ਰਾਈਟੇਰੀਆ, ਪੁਰਾਣਾ ਬੈਕਗ੍ਰਾਉਂਡ ਕੀ ਹੈਗਾ ਉਹਨਾਂ ਦਾ, ਕਿੱਦਾਂ ਕਿੱਦਾਂ ਵੀਜ਼ਾ ਮਿਲਿਆ ਸੀ, ਹਰ ਕੇਸ ਦੇ ਵੱਖਰੇ ਵੱਖਰੇ ਡਾਕੂਮੈਂਟ ਹੁੰਦੇ। ਇੱਦਾਂ ਹੁਣ ਮੇਰੀ ਡਿਫੀਕਲਟ ਹੋਊਗਾ ਦੱਸਣਾ ਵੀ ਕਿਹੜੇ ਡਾਕੂਮੈਂਟ ਅਪਲਾਈ ਹੋਣਗੇ ਇਹਨਾਂ ਨੂੰ। ਐਗਜੈਕਟਲੀ ਐਗਜੈਕਟਲੀ, ਜੇ ਹਾਂਜੀ ਜੇ ਕਾਲ ਕਰਕੇ ਮੈਨੂੰ ਪੁੱਛ ਸਕਦੇ ਤਾਂ ਮੈਂ ਉਹਨਾਂ ਨੂੰ ਐਕਸਪਲੇਨ ਲਿਸਟ ਆਫ ਡਾਕੂਮੈਂਟਸ ਮੈਂ ਭੇਜ ਸਕਦਾ ਵੀ ਜਿਹੜੇ ਉਹਨਾਂ ਨੂੰ ਚਾਹੀਦੇ ਹੋਣਗੇ, ਉਹ ਵਰਕ ਕਰਨਾ ਸ਼ੁਰੂ ਕਰ ਦੇਣ ਉਹਦੇ ਉੱਤੇ, ਕਿ ਇਹ ਵਾਲੇ ਡਾਕੂਮੈਂਟ ਉਹ ਇਕੱਠੇ ਕਰਨੇ ਸ਼ੁਰੂ ਕਰ ਸਕਦੇ ਆ। ਬਹੁਤ ਥੋੜ੍ਹਾ ਟਾਈਮ ਰਹਿ ਗਿਆ ਅਕਦਵਾਲ ਜੀ, ਵੀ ਜੀ ਮੇਰੇ ਪਾਸੇ ਕੋਰਟ ਹੋਏਗਾ ਥੋੜ੍ਹੇ ਹੋਰ, ਪਰ ਇੱਕ ਸਵਾਲ ਪੁੱਛ ਲੈਣਾ। ਦੀ ਵਾਈਫ ਅਪਲਾਈਡ ਇੰਡੀਪੈਂਡੈਂਟ ਵੀਜ਼ਾ ਫੋਰ ਹਸਬੈਂਡ ਐਂਡ ਇਨਫੈਂਟ ਲਈ 5 ਮਾਰਚ ਨੂੰ, 5th ਮਾਰਚ ਯਾ ਐਸੇ ਮਹੀਨੇ, ਤੇ ਉਹਦਾ ਕੋਈ ਰਿਪਲਾਈ, ਕੁਛ ਰਿਸਪੌਂਸ ਨਹੀਂ ਆਈ। ਹਾਂਜੀ, ਇਹ ਥੋੜ੍ਹੀ ਜਿਹੀ ਅੱਜ ਕੱਲ੍ਹ ਕੋਰੋਨਾ ਵਾਇਰਸ ਕਰਕੇ ਫਿਰ ਉਹੀ ਗੱਲ ਆ ਜਾਂਦੀ ਹੈਗੀ, ਉਹਨਾਂ ਦੀ ਜਿਹੜੀ ਸਰਵਿਸ ਜਿਹੜੀ ਹੈਗੀ ਹੋਮ ਆਫਿਸ ਕੰਮ ਕਰ ਰਿਹਾ ਹੈਗਾ ਆ, ਪਰ ਉਹਨਾਂ ਦੀ ਐਸੋ ਦੀ ਸਰਵਿਸ ਲਿਮਿਟਿਡ ਸਰਵਿਸ ਹੈ, ਕਈ ਚੀਜ਼ਾਂ ਡਿਲੇ ਹੋ ਰਹੀਆਂ, ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਸਾਨੂੰ, ਤੁਸੀਂ ਵੇਟ ਕਰੋ ਜੇ ਤੁਹਾਨੂੰ 5 ਮਾਰਚ ਨੂੰ ਤੁਸੀਂ ਅਪਲਾਈ ਕੀਤਾ ਹੈਗਾ, ਕਿਉਂਕਿ 23 ਮਾਰਚ ਤੋਂ ਤੇ ਉਦਾਂ ਹੀ ਲੋਕਡਾਊਨ ਹੋ ਗਿਆ ਸੀਗਾ, ਵਰਲਡ ਕ੍ਰਾਈਸਿਸ ਹੈਗੇ ਆ, ਸਾਰੇ ਸਾਰੇ ਘਰੋਂ ਕੰਮ ਕਰਦੇ ਪਏ ਹੈਗੇ, ਇਹਦੇ ਟੈਕਨੀਕਲ ਚੀਜ਼ਾਂ ਜਿਹੜੀ ਹੈਗੇ, ਰਿਸੋਰਸਿਸ ਘੱਟ ਹੁੰਦੇ ਘਰੋਂ ਦੀ, ਥੋੜਾ ਟਾਈਮ ਲੱਗ ਸਕਦਾ, ਤੁਸੀਂ ਵੇਟ ਕਰੋ ਪਲੀਜ਼, ਜੇ ਥੋੜੀ ਦੇਰ ਨੂੰ ਜਦੋਂ ਸਾਰਾ ਕੁਛ ਨੋਰਮਲ ਹੋ ਜਾਊਗਾ ਤੁਹਾਨੂੰ ਡੈਫੀਨੇਟਲੀ ਤੁਹਾਨੂੰ ਕੋਈ ਨਾ ਕੋਈ ਹੋਮ ਆਫਿਸ ਦੇ ਕੋਲੋਂ ਰਿਪਲਾਈ ਆਊਗਾ, ਨਹੀਂ ਆਏਗਾ ਤੁਸੀਂ ਉਹਨੂੰ ਰਿਪਲਾਈ ਰਿਮਾਇੰਡਰ ਪਾ ਸਕਦੇ ਹੈਗੇ ਹੋ, ਮੈਕਸੀਮਮ ਤੁਸੀਂ ਇਹੀ ਕਰ ਸਕਦੇ, ਤੁਹਾਨੂੰ ਵੇਟ ਕਰਨੀ ਪੈਣੀ ਹੈ ਇਸ ਵੇਲੇ। ਬਹੁਤ ਅੱਛੀ, 01215511001 ਤੇ ਕਾਲ ਕਰੋ, ਮੈਂ ਫਿਰ ਰਿਪੀਟ ਕਰ ਦੇਣਾ, 01215511001 ਤੇ ਕਾਲ ਕਰੋ, ਹਮੇਸ਼ਾ ਦੀ ਤਰ੍ਹਾਂ ਸ਼ੋਅ ਦੇ ਦਰਮਿਆਨ ਜਾਂ ਬਾਅਦ 'ਚ ਕਾਲ ਕਰੋ, ਤੇ ਵੀ ਕੈਨ ਸਟਿਲ ਪਾਸ ਯੋਰ ਨੰਬਰਸ ਔਨ ਟੂ ਅਕਬਾਲਦੀਪ ਜੀ। ਅਕਬਾਲਦੀਪ ਜੀ, ਮੈਂ ਚਾਹਾਂਗਾ ਕਿ ਤੁਸੀਂ ਨਾ ਥੋੜ੍ਹਾ ਬਹੁਤਾ ਗੁੱਡ ਨਿਊਜ਼ ਦੇ ਚੁੱਕੇ ਹੋ ਤੁਸੀਂ ਬਾਅਦ ਦਾ ਵਿਕਟਿਮਸ ਆਫ ਡੋਮੈਸਟਿਕ ਵਿਊਜ਼, 1 ਮਿੰਟ ਹੈਗਾ, ਕੁਛ ਅੱਧੇ 1 ਮਿੰਟ 'ਚ ਉਹਦੇ ਬਾਰੇ ਥੋੜ੍ਹਾ ਜਿਹਾ ਫਿਰ ਹਾਈਲਾਈਟ ਕਰ ਦਿਓ ਥੋੜ੍ਹਾ ਜਿਹਾ। ਡੋਮੈਸਟਿਕ ਅਬਿਊਜ਼ ਤੋਂ ਉਹਨਾਂ ਨੇ ਕਨਸੈਸ਼ਨ ਰੱਖਿਆ ਹੈਗਾ ਗਵਰਨਮੈਂਟ ਨੇ, ਜਿਹੜਾ ਕਿ ਜੇ ਤੁਸੀਂ ਇੱਥੇ ਆਉਂਦੇ ਹੈਗੇ ਹੋ ਐਜ਼ ਅ ਬ੍ਰਿਟਿਸ਼ ਸਿਟੀਜ਼ਨ ਦੇ ਪਾਰਟਨਰ ਰੂਟ ਦੇ ਉੱਤੇ, ਜੇ ਤੁਹਾਨੂੰ ਇੱਥੇ ਆ ਕੇ ਤੁਹਾਨੂੰ
ਤੁਹਾਡੇ ਉੱਤੇ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਕੁੱਟਮਾਰ ਕੀਤੀ ਜਾਂਦੀ, ਤੁਹਾਨੂੰ ਫਿਜ਼ੀਕਲ ਅਬਿਊਜ਼, ਵਰਬਲ ਅਬਿਊਜ਼, ਸੈਕਸ਼ੂਅਲ ਅਬਿਊਜ਼, ਸਾਈਕੋਲੋਜੀਕਲ ਅਬਿਊਜ਼, ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਜਿਹੜਾ ਜਿਹੜਾ ਸੈਟਲ ਪਾਰਟਨਰ ਜਾਂ ਬ੍ਰਿਟਿਸ਼ ਸਿਟੀਜ਼ਨ ਪਾਰਟਨਰ ਤੁਹਾਨੂੰ ਕਰਨਾ ਹੈਗਾ। ਉਹਨਾਂ ਨੇ ਹੋਮ ਆਫਿਸ ਨੇ ਜਿਹੜੇ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੇ ਕਨਸੈਸ਼ਨ ਰੱਖਿਆ ਹੈਗਾ ਵੀ ਤੁਸੀਂ ਐਜ਼ ਅ ਵਿਕਟਮ ਆਫ ਡੋਮੈਸਟਿਕ ਵਾਇਲੈਂਸ ਜਿੱਦਾਂ ਅਸੀਂ ਲਾਸਟ ਸ਼ੋਅ ਤੇ ਵੀ ਗੱਲ ਕੀਤੀ ਸੀਗੀ, ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਤੁਸੀਂ ਆਪਣਾ ਜਿਹੜਾ ਜਿਹੜਾ ਵੀਜ਼ਾ ਸਟੇਟਸ ਜਿਹੜਾ ਹੈਗਾ, ਤੁਸੀਂ ਡੈਸਟੀਟਿਊਟ ਤੇ ਵੀ ਡੈਸਟੀਟਿਊਟ ਤੋਂ ਵੀ ਜਿਹੜਾ ਸਪਾਊਸ ਵੀਜ਼ਾ ਤੋਂ ਤੁਸੀਂ ਡੈਸਟੀਟਿਊਟ ਵੀਜ਼ੇ ਦੇ ਵਿੱਚ ਵੀ ਜਾ ਸਕਦੇ, ਜਿਹੜਾ ਕਿ ਤੁਹਾਨੂੰ 3 ਮਹੀਨੇ ਦਾ ਹੁੰਦਾ। ਤੁਹਾਨੂੰ ਐਲੀਜੀਬਿਲਿਟੀ ਤੁਹਾਡੀ ਹੋਊਗੀ, ਉਹਦੇ ਵਿੱਚ ਤੁਸੀਂ ਆਪਣੇ ਬੈਨੀਫਿਟ ਕਲੇਮ ਕਰ ਸਕਦੇ, ਲੀਗਲ ਏਡ ਤੁਸੀਂ ਅਪਲਾਈ ਕਰ ਸਕਦੇ, ਹਾਊਸਿੰਗ ਬੈਨੀਫਿਟ ਲੈ ਸਕਦੇ, ਕਿਉਂਕਿ ਬੰਦਾ ਨਵਾਂ ਨਵਾਂ ਆਇਆ, ਓਬਵੀਅਸਲੀ ਉਸ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ, ਤੇ ਉਹਦੇ ਵਿੱਚ ਤੁਸੀਂ ਆਪਣੇ ਗਵਰਨਮੈਂਟ ਦੀ ਹੈਲਪ ਦੇ ਨਾਲ ਤੁਸੀਂ ਆਪਣੇ ਨੂੰ ਇੱਥੇ ਹੋਲਡ ਕਰ ਸਕਦੇ, ਤੁਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹੋ। ਸੌਰੀ, ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦਿੰਦਾ। ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਐਵਰੀ ਮੰਡੇ ਇਜਾਜ਼ਤ ਆ ਜਾਂਦੇ ਹੋ ਸ਼ੋਅ ਕਰਨ ਲਈ, ਲੋਕਾਂ ਦਾ ਬੜਾ ਫਾਇਦਾ ਹੁੰਦਾ, ਬੜੇ ਕਾਲ ਆਉਂਦੇ ਨੇ, ਵੈਰੀ ਐਜੂਕੇਸ਼ਨ ਇਨਫੋਰਮੇਟਿਵ ਸ਼ੋਅ ਹੁੰਦਾ। ਪਲੀਜ਼ ਇਸੇ ਤਰ੍ਹਾਂ ਤੁਸੀਂ ਐਵਰੀ ਮੰਡੇ ਹਾਪਾ 6 to 7 ਸ਼ੋਅ ਦੇਖਦੇ ਰਹੋ। ਇਮੀਗ੍ਰੇਸ਼ਨ ਦਾ ਸ਼ੋਅ ਹੋਏਗਾ ਐਵਰੀ ਮੰਡੇ, ਜੋ ਵੀ ਸਵਾਲ ਜਵਾਬ ਤੁਹਾਡਾ ਹੈਗਾ ਕਿਸੇ ਵੀ ਤਰ੍ਹਾਂ ਦਾ ਰਿਗਾਰਡਿੰਗ ਇਮੀਗ੍ਰੇਸ਼ਨ, ਕਾਲ ਕਰੋ, ਅਗਵਾਲਦੀਪ ਜੀ ਨਾਲ ਗੱਲਬਾਤ ਕਰਾਂਗੇ। ਅਗਵਾਲਦੀਪ ਜੀ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।